ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਦਵਿੰਦਰ ਮੰਡ ਕੁਝ ਚੀਜ਼ਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਜੋ ਬਾਈ ਸਿੱਧੂ ਮੂਸੇਵਾਲੇ ਨੇ ਆਪਣੇ ਹੱਥੀਂ ਲਿਆਂਦੀਆਂ ਸੀਗੀਆਂ। ਸਭ ਤੋਂ ਪਹਿਲਾਂ ਉਹਨਾਂ ਦੇ ਵਿੱਚ ਇਹ ਜਿਹੜੀ ਸਟਾਰਟਿੰਗ ਇੱਥੋਂ ਅਸੀਂ ਕਰਦੇ ਹਾਂ, ਇਹ ਬਾਈ ਦੇ ਪੈਟ ਨੇ। ਤੁਸੀਂ ਦੇਖ ਸਕਦੇ ਹੋ ਕਿ ਇਹ ਵਧੀਆ ਬਰੀਡਸ ਜਿਹੜੀਆਂ ਬਾਈ ਨੇ ਖੁਦ ਆਪ ਇਹ ਸਿੱਧੂ ਬਾਈ ਜਿਹੜਾ ਲੈ ਕੇ ਆਏ ਸੀਗੇ। ਦੋ ਪੈਟ ਨੇ, ਇੱਕ ਪਿੰਜਰੇ ਦੇ ਅੰਦਰ ਤੁਸੀਂ ਅੰਦਰ ਤੁਸੀਂ ਦੇਖ ਸਕਦੇ ਹੋ, ਇੱਕ ਪਿੰਜਰੇ ਦੇ ਬਾਹਰ ਜਿਹੜਾ ਬੰਨਿਆ ਹੋਇਆ। ਅਤੇ ਉਸ ਤੋਂ ਬਾਅਦ ਅਗਲੀ ਜਿਹੜੀ ਚੀਜ਼ ਹੈ ਖੇਤੀਬਾੜੀ ਦੇ ਜਿਹੜੇ ਸੰਦ ਨੇ ਉਹ ਸਾਰੇ ਬਾਈ ਨੇ ਆਪ ਹੱਥੀਂ ਉਹਨਾਂ ਨੂੰ ਤਿਆਰ ਕੀਤਾ ਸੀਗਾ। ਸਪੀਕਰ ਵਗੈਰਾ ਖੁਦ ਲਵਾਏ ਸੀ, ਚਾਹੇ ਉਹ ਟਰੈਕਟਰ ਦਾ ਸਟੀਅਰਿੰਗ ਹੋਵੇ ਜਾਂ ਸਪੀਕਰ ਹੋਣ ਜਾਂ ਲਾਈਟਾਂ ਹੋਣ, ਇਹ ਸਾਰੀਆਂ ਬਾਈ ਨੇ ਆਪ ਸ਼ੌਂਕ ਦੇ ਨਾਲ ਇਹ ਚੀਜ਼ਾਂ ਤਿਆਰ ਕਰਵਾਈਆਂ ਸੀਗੀਆਂ। ਅਤੇ ਇੱਕ ਫੂਡ ਵਾਲਾ ਜਿਹੜਾ ਇੱਕ ਇਹ ਖੇਤੀਬਾੜੀ ਦਾ ਸੰਦ ਹੈ, ਉਸ ਤੋਂ ਬਾਅਦ ਇਹ ਟਰੈਕਟਰ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ। ਇੱਥੇ ਟਾਇਰ ਬੜੇ ਸ਼ੌਂਕ ਦੇ ਨਾਲ, ਇੱਥੇ ਲੋਕ ਦੱਸ ਰਹੇ ਸੀ ਕਿ ਬੜੇ ਬਹੁਤ ਜ਼ਿਆਦਾ ਸ਼ੌਂਕ ਸੀ ਖੇਤੀਬਾੜੀ ਦਾ, ਤਾਂ ਜਿਹੜੇ ਖੇਤੀਬਾੜੀ ਦੇ ਸੰਦ ਸੀਗੇ ਉਹ ਵੀ ਬਾਈ ਸਿੱਧੂ ਮੂਸੇਵਾਲੇ ਨੇ ਆਪਣੇ ਸ਼ੌਂਕ ਦੇ ਨਾਲ ਤਿਆਰ ਕਰਾਏ ਸੀ। 59 ਦੇ ਨਾਮ ਨਾਲ ਬਾਈ ਨੂੰ ਜਾਣਿਆ ਵੀ ਜਾਂਦਾ ਸੀ, ਅਤੇ ਉਹਨਾਂ ਦਾ ਜਿਹੜਾ ਪਸੰਦੀਦਾ ਟਰੈਕਟਰ ਸੀਗਾ 59 ਸੀਗਾ। ਤਾਂ ਆਹ 2 59 ਇੱਥੇ ਤੁਸੀਂ ਦੇਖ ਸਕਦੇ ਹੋ ਖੜ੍ਹੇ ਹੋਏ ਨੇ, ਅਤੇ ਬਾਈ ਦੀ ਉਦੋਂ ਫੋਟੋ ਵੀ ਲਾਈ ਗਈ ਸੀ, ਹੈ ਕੋਈ ਹੋਰ। ਅਤੇ ਸਲੋਗਨ ਵੀ ਕਹਿ ਸਕਦੇ ਕਿ ਉਹਨਾਂ ਦੇ ਫੈਨਸ ਵੀ ਇੱਦੀ ਕਹਿੰਦੇ ਹੁੰਦੇ ਸਨ ਕਿ ਹੈ ਕੋਈ ਹੋਰ। ਅਤੇ ਇਸ ਤੋਂ ਬਾਅਦ ਜਿਹੜਾ ਇੱਕ ਹੋਰ 59 ਤਾਂ ਸਪੀਕਰ ਵੀ ਤੁਸੀਂ ਦੇਖ ਸਕਦੇ ਹੋ, ਬਾਈ ਨੇ ਬੜੇ ਸ਼ੌਂਕ ਦੇ ਨਾਲ ਲਗਾਏ ਹੋਏ ਸੀ ਇਸ ਟਰੈਕਟਰ 'ਤੇ। ਉੱਪਰ ਲਿਖਿਆ ਹੋਇਆ ਮੂਸਾ ਜੱਟ, ਅਤੇ ਟਾਇਰ ਦੇਖ ਸਕਦੇ ਹੋ ਤੁਸੀਂ ਟਰੈਕਟਰ ਦੇ, ਦੋਨਾਂ ਟਰੈਕਟਰਾਂ ਦੇ ਟਾਇਰ ਦੇਖ ਸਕਦੇ ਹੋ, ਵੱਡੇ ਵੱਡੇ ਟਾਇਰ ਇਹਨੂੰ ਪਾਏ ਹੋਏ ਸੀਗੇ। ਤਾਂ ਖੇਤੀਬਾੜੀ ਦਾ ਬੜਾ, ਪਹਿਲਾਂ ਵੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਖੇਤੀਬਾੜੀ ਦਾ ਸ਼ੌਂਕ ਬਹੁਤ ਸੀਗਾ ਕਿ ਹੱਥੀਂ ਆਪ ਟਰੈਕਟਰ 'ਤੇ ਚੜ੍ਹ ਕੇ ਪਰਨਾ ਬੰਨ੍ਹ ਕੇ, ਅਤੇ ਕਦੀ ਕੱਦੂ ਕਰਨਾ, ਕਦੀ ਖੇਤਾਂ ਦੇ ਵਿੱਚ ਚਲ ਜਾਣਾ ਟਰੈਕਟਰ ਲੈ ਕੇ। ਤਾਂ ਇੱਥੇ ਲਿਖਿਆ ਧਾਕੜ ਨਿਊ ਹੋਲੈਂਡ, ਇਹ ਵੀ ਟਰੈਕਟਰ ਬਾਈ ਨੇ ਬੜੇ ਸ਼ੌਂਕ ਦੇ ਨਾਲ ਤਿਆਰ ਕਰਵਾਇਆ ਹੋਇਆ ਸੀਗਾ। ਤਾਂ ਇੱਕ ਆਹ ਬਾਈ ਦੀ ਜੀਪ ਸੀਗੀ, ਲੰਡੀ ਜੀਪ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤਾਂ ਬੜੇ ਸ਼ੌਂਕ ਦੇ ਨਾਲ ਜਿੰਨੀ ਵੀ ਮਸ਼ੀਨਰੀ ਰੱਖੀ ਸੀਗੀ ਬਾਈ ਸਿੱਧੂ ਮੂਸੇਵਾਲਾ ਨੇ, ਤਾਂ ਬੜੇ ਸ਼ੌਂਕ ਦੇ ਨਾਲ ਰੱਖੀ ਹੋਈ ਸੀ। ਇੱਕ ਆਹ ਪੁਰਾਣਾ ਟਰੈਕਟਰ, ਇਹ ਵੀ ਇੱਥੇ ਖੜ੍ਹਿਆ ਹੈ, ਇਹ ਜਿੰਨੀ ਵੀ ਤੁਸੀਂ ਮਸ਼ੀਨਰੀ ਦੇਖ ਸਕਦੇ ਹੋ। ਅਤੇ ਇਹ ਸਾਰੀ ਬਾਈ ਨੇ ਬੜੇ ਸ਼ੌਂਕ ਦੇ ਨਾਲ ਰੱਖੀ ਸੀ। ਅਤੇ ਸਭ ਤੋਂ ਇੱਕ ਵੱਡੀ ਚੀਜ਼ ਜਿੱਥੇ ਆ ਕੇ ਬਾਈ ਦੇ ਫੈਨਸ ਤੁਸੀਂ ਦੇਖ ਸਕਦੇ ਹੋ ਕਿ ਫੋਟੋ ਵੀ ਖਿਚਾ ਰਹੇ ਨੇ, ਉਹ ਥਾਰ ਜਿਹਦੇ ਵਿੱਚ ਅਖੀਰਲੀ ਵਾਰ ਬਾਈ ਸਿੱਧੂ ਮੂਸੇਵਾਲਾ ਇਸ ਘਰ ਤੋਂ ਨਿਕਲੇ ਸੀਗੇ, ਪਰ ਉਸ ਤੋਂ ਬਾਅਦ ਵਾਪਸ ਨਹੀਂ ਆਏ। ਗੋਲੀਆਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਫਾਇਰਿੰਗ ਹੋਈ ਸੀ ਤਾਂ ਲੋਹੇ ਦੀ ਜਿਹੜੀ ਚੱਦਰ ਹੈ ਉੱਪਰ ਬੋਨਟ 'ਤੇ ਤੁਸੀਂ ਦੇਖ ਸਕਦੇ ਹੋ ਕਿ ਲੋਹੇ ਨੂੰ ਵੀ ਪਾਰ ਕਰਕੇ ਆਰ ਪਾਰ ਹੋ ਗਈਆਂ ਸੀਗੀਆਂ। ਥੱਲੇ ਮੈਂ ਇੱਕ ਵਾਰੀ ਚਾਹੂੰਗਾ ਕੈਮਰਾ ਇੱਕ ਵਾਰੀ ਥੱਲੇ ਮਾਰਿਆ ਜਾਵੇ ਕਿ ਇਹਨੂੰ ਕਲੋਜ਼ ਕਰਕੇ ਦਿਖਾਇਆ ਜਾਵੇ, ਜਿਹੜੀਆਂ ਗੋਲੀਆਂ ਸੀਗੀਆਂ ਕਿੱਡੇ ਵੱਡੇ ਹੋਲ ਕਰਕੇ ਗਈਆਂ ਨੇ, ਕਿਉਂਕਿ ਸਾਨੂੰ ਅੰਦਰ ਜਾਣ ਦੀ ਮਨਾਹੀ ਹੈ, ਅਸੀਂ ਅੰਦਰ ਨਹੀਂ ਜਾ ਸਕਦੇ, ਬਾਹਰੋਂ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਹੀ। ਇੱਥੋਂ ਜ਼ੂਮ ਕਰਕੇ ਦਿਖਾਇਆ ਜਾਵੇ ਇੱਕ ਵਾਰ ਕਿ ਇਹ ਜਿਹੜੀਆਂ 3 ਗੋਲੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਹੋਲ ਕਰਕੇ ਗਈਆਂ ਨੇ, ਕਿਉਂਕਿ ਬੇਹੱਦ ਐਡਵਾਂਸ ਜਿਹੜੇ ਹਥਿਆਰ ਸੀਗੇ ਵਰਤੇ ਗਏ ਸੀ ਉਸ ਵੇਲੇ ਦੇ ਗੈਂਗਸਟਰਾਂ ਵੱਲੋਂ। ਤਾਂ ਆ ਜਿਹੜੇ 3 ਹੋਲ ਨੇ ਬਹੁਤ ਵੱਡੇ ਹੋਲ ਨੇ। ਉਸ ਤੋਂ ਬਾਅਦ ਸ਼ੀਸ਼ੇ ਦੇ ਉੱਪਰ ਜੇ ਗੱਲ ਕਰੀਏ ਤਾਂ ਤਾਬੜ ਤੋੜ ਜਿਹੜੀ ਫਾਇਰਿੰਗ ਕੀਤੀ ਗਈ ਸੀ ਗੈਂਗਸਟਰਾਂ ਵੱਲੋਂ, ਤਾਂ ਸ਼ੀਸ਼ਾ ਵੀ ਜਿਹੜਾ ਚੂਰ ਚੂਰ ਹੋ ਗਿਆ ਸੀ। ਹਾਲਾਂਕਿ ਇੱਥੇ ਲੋਕ ਇਹੀ ਦੱਸ ਰਹੇ ਨੇ ਕਿ ਇਸ ਗੱਡੀ ਨੂੰ ਉਸੇ ਤਰ੍ਹਾਂ ਰੱਖਿਆ ਹੋਇਆ, ਇਹਦੇ ਵਿੱਚ ਕੁਝ ਵੀ ਚੇਂਜ ਨਹੀਂ ਕੀਤਾ ਹੋਇਆ, ਜਿਸ ਤਰ੍ਹਾਂ ਇਹਦਾ ਸ਼ੀਸ਼ਾ ਇਸੇ ਤਰ੍ਹਾਂ ਰੱਖਿਆ ਗਿਆ, ਕਿਉਂਕਿ ਦੂਰੋਂ ਦੂਰੋਂ ਜਿਹੜੇ ਫੈਨਸ ਆਉਂਦੇ ਨੇ ਇੱਥੇ ਆ ਕੇ ਇਸ ਗੱਡੀ ਦੇ ਨਾਲ ਫੋਟੋ ਖਿਚਾਉਂਦੇ ਨੇ, ਕਿਉਂਕਿ ਇਹੀ ਬਾਈ ਦੀ ਲਾਸਟ ਰਾਈਡ ਸੀਗੀ। ਇਹਦੇ ਵਿੱਚ ਹੀ ਬਾਈ ਅਖੀਰਲੀ ਵਾਰ ਘਰੋਂ ਨਿਕਲੇ ਸੀ, ਅਤੇ ਜਵਾਰ ਕੇ ਜਾ ਕੇ ਉਹਨਾਂ ਨੂੰ ਘੇਰ ਲਿਆ ਗਿਆ ਸੀ ਗੈਂਗਸਟਰ ਵੱਲੋਂ, ਅਤੇ ਫਾਇਰਿੰਗ ਕੀਤੀ ਗਈ ਸੀ, ਅਤੇ ਉੱਥੇ ਹੀ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੋ ਜਾਂਦਾ। ਤਾਂ ਇੱਕ ਸਾਈਡ 'ਤੇ ਬਾਰੀ 'ਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਗੋਲੀਆਂ ਲੱਗੀਆਂ ਅਤੇ ਗੋਲੀਆਂ ਦੇ ਨਿਸ਼ਾਨ ਦੇਖ ਸਕਦੇ ਹੋ। ਇਹ ਜਿਹੜੀ ਗੱਡੀ, ਇਹ ਥਾਰ ਹੈ, ਬਾਈ ਖੁਦ ਉਸ ਵੇਲੇ
ਡਰਾਈਵਿੰਗ ਇਹਦੀ ਕਰਦੇ ਪਏ ਸੀ ਤਾਂ ਕੁਝ ਮੁੰਡੇ ਵੀ ਇੱਥੇ ਦੂਰੋਂ ਦੂਰੋਂ ਪਹੁੰਚੇ ਨੇ, ਇਹਨਾਂ ਦੇ ਨਾਲ ਵੀ ਅਸੀਂ ਬਈ ਇਸ ਸਾਈਡ 'ਤੇ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਰਾਹੁਲ ਹੈ ਬ੍ਰੋ। ਤੁਹਾਡਾ ਕੀ ਨਾਮ ਹੈ? ਰੋਹਿਤ ਜੀ। ਕਿੱਥੋਂ ਆਏ ਤੁਸੀਂ? ਹਰਿਆਣਾ ਕੈਥਲ। ਹਰਿਆਣੇ ਤੋਂ ਆਏ ਹੋ ਜੀ? ਗੱਡੀ 'ਚ ਜਾਂ ਬਾਈਕ 'ਤੇ? ਟ੍ਰੇਨ 'ਚ ਆਏ ਸੀ। ਅਤੇ ਜਦੋਂ ਪਤਾ ਲੱਗਾ ਕਿ ਹੁਣ ਬਾਈ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਖੁਸ਼ੀਆਂ ਆ ਗਈਆਂ ਨੇ ਤੁਹਾਡੇ ਵਰਗੇ ਜਿਹੜੇ ਫੈਨਸ ਨੇ ਬਾਈ ਦੇ, ਤੇ ਉਹੀ ਕਹਿ ਰਹੇ ਨੇ ਸਿੱਧੂ ਬਾਈ ਵਾਪਸ ਆ ਗਿਆ, ਤੇ ਹੁਣ ਤੁਸੀਂ ਇੰਨੀ ਦੂਰੋਂ ਮਿਲਣ ਆਏ ਹੋ, ਪਹਿਲਾਂ ਵੀ ਆ ਚੁੱਕੇ ਹੋ? ਹਾਂਜੀ, ਅਸੀਂ ਹੀ ਮਾਨਸਾ ਦੇ ਹੀ ਜੀ। ਹਾਂ, ਸਾਡੇ ਰਿਸ਼ਤੇਦਾਰ ਉੱਧਰੋਂ ਆਏ ਸੀ, ਇਹਨਾਂ ਨੂੰ ਅੱਜ ਲੈ ਕੇ ਆਏ ਮਿਲਣ। ਬਾਈ ਦੇ ਫੈਨ ਹੋ? ਹਾਂਜੀ। ਤੁਸੀਂ ਬਾਈ ਕਿੱਥੋਂ ਆਏ ਹੋ? ਹਰਿਆਣਾ ਤੋਂ ਜੀ। ਤੁਸੀਂ ਵੀ ਹਰਿਆਣਾ ਤੋਂ? ਤੁਸੀਂ? ਅਸੀਂ ਮਾਨਸਾ ਜੀ। ਤੁਸੀਂ ਮਾਨਸਾ ਜੀ? ਤੇ ਹੁਣ ਇੱਥੇ ਖਾਸ ਤੌਰ ਤੇ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਆਏ ਆ ਨਾ? ਹਾਂਜੀ, ਬਾਈ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਆਏ ਹਾਂ ਕਿ ਬਾਈ ਵਾਪਸ ਆ ਚੁੱਕੇ, ਇਸ ਲਈ ਹਮ ਹਰਿਆਣਾ ਸੇ ਸਵਾਗਤ ਕਰਨ ਕੇ ਲਈ ਆਏ। ਜੀ ਜੀ। ਅਤੇ ਇੱਧਰ ਵੀ ਦੋ ਵੀਰੇ ਖੜ੍ਹੇ ਨੇ, ਬਾਈ ਤੁਸੀਂ ਕਿੱਥੋਂ ਆਏ ਹੋ? ਬਾਈ ਰਹਿਤੀ ਆ, ਹਰਿਆਣਾ। ਤੁਸੀਂ ਵੀ ਹਰਿਆਣੇ ਤੋਂ ਆਏ ਹੋ? ਤੁਸੀਂ? ਮਾਨਸੇ ਲੋਕਲ ਜੀ। ਤੁਸੀਂ ਮਾਨਸੇ? ਤੁਸੀਂ ਹਰਿਆਣਾ ਤੋਂ ਆਏ ਨਾ, ਅਤੇ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਆ ਚੁੱਕੇ ਹੋ? ਨਹੀਂ, ਪਹਿਲੀ ਵਾਰ, ਪਹਿਲਾਂ ਵੀ ਆ ਚੁੱਕੇ ਹਾਂ, ਪਰ ਐਤਕੀ ਬਾਈ ਦੀ ਖੁਸ਼ੀਆਂ ਆਏ ਘਰ 'ਚ ਤਾਂ ਕਰਕੇ। ਅਤੇ ਜਦੋਂ ਬਾਈ ਇੱਥੇ ਹਵੇਲੀ ਦੇ ਵਿੱਚ ਹੁੰਦਾ ਸੀ ਉਦੋਂ ਵੀ ਮਿਲੇ ਉਹਨਾਂ ਨੂੰ, ਦੇਖਿਆ ਉਹਨਾਂ ਨੂੰ? ਬਾਈ ਜੀ ਉਦੋਂ ਨਹੀਂ ਆਏ ਜੀ, ਹੁਣ ਉਸ ਤੋਂ ਬਾਅਦ ਹੀ ਆਉਣ ਲੱਗੇ। ਹਾਂਜੀ, ਫਿਲਹਾਲ ਹਲੇ ਸਵੇਰਾ ਸਵੇਰਾ ਆਇਆ, ਕਿਉਂਕਿ ਜਿਹੜੇ ਲੋਕ ਕਈ ਵਾਰੀ, ਕਿਉਂਕਿ ਵਾਟ ਬਹੁਤ ਪੈ ਜਾਂਦੀ ਦੂਰੋਂ ਦੂਰੋਂ, ਤਾਂ ਹਰਿਆਣਾ ਤੋਂ ਜਿੱਦਾਂ ਪਹੁੰਚ ਰਹੇ ਨੇ, ਅਤੇ ਹੋਰ ਵੀ ਕੁਝ ਸਮੇਂ ਬਾਅਦ ਜਿਹੜੇ ਹੋਰ ਬਾਈ ਦੇ ਫੈਨਸ ਨੇ ਇੱਥੇ, ਤੁਸੀਂ ਦੇਖ ਸਕਦੇ ਹੋ ਕਿ ਮੇਲਾ ਲੱਗ ਜਾਣਾ ਹੈ, ਕਿ ਦੂਰੋਂ ਦੂਰੋਂ ਫੈਨਸ ਹੋਣੇ ਸ਼ੁਰੂ ਹੋ ਜਾਣੇ ਨੇ। ਕੈਮਰਾਮੈਨ ਕੁਲਦੀਪ ਦੇ ਨਾਲ ਮੈਂ ਦਵਿੰਦਰ ਮੰਡ, ਦੈਨਿਕ ਸਵੇਰਾ ਟੀ ਵੀ, ਮਾਨਸਾ।